ਸਤਿ ਸ਼੍ਰੀ ਅਕਾਲ ਜੀ ਸਨਸੋਚ ਟੀਵੀ ਵੇਖ ਰਹੇ ਆਪ ਸਭ ਦਾ ਮੈਂ ਸਵਾਤੀ ਸਖਸਿਆਣਾ ਨਿਗਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਮੁੱਦਾ ਗਰਮ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਖਬਰਾਂ ਬਾਰੇ ਜੋ ਦਿਨ ਪਰ ਗਰਮ ਮੁੱਦਾ ਬਣੀ ਰਹੀਆਂ ਮੁਸੇਵਾਲਾ ਕਤਲकांड ਦਾ ਮੁੱਦਾ ਕਾਫੀ ਗਰਮ ਚੱਲ ਰਿਹਾ ਹੈ ਜਿੱਥੇ ਕਿ ਮੁਸੇਵਾਲਾ ਕਤਲकांड ਦੇ ਸਾਰੇ ਹਿਸ਼ਾਰਕ ਸ਼ੂਟਰ ਬੇਨਕਾਬ ਹੋ ਗਏ ਨੇ ਪੰਜਾਬ ਪੁਲਿਸ ਨੇ ਇਨਾ ਕਾਤਲਾ ਦੀ ਜਿਹੜੀ ਹੈ ਪਛਾਣ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਨਾ ਕਾਤਲਾ ਵਿੱਚ ਤਿੰਨ ਪੰਜਾਬ ਤੋਂ ਹਰਿਆਣਾ ਤੋਂ ਮਹਾਰਾਸ਼ਟਰ ਦੇ ਨੇ ਇਨਾ ਸਾਰੇ ਸ਼ੂਟਰਾਂ ਦਾ ਕਨੈਕਸ਼ਨ ਲਾਰਜ ਬਿਸ਼ਨੋਈ ਦੇ ਨਾਲ ਦੱਸਿਆ ਜਾ ਰਿਹਾ ਹੈ ਦੱਸਦੇ ਇਹ ਕਿ ਮੁਸੇਵਾਲਾ ਦੇ ਸ਼ਰੀਰ ਤੇ ਲਗਭਗ 2 ਦਰਜਨ ਗੋਲੀਆਂ ਲੱਗੀਆਂ ਸਨ ਪੋਸਮਾਰਟਮ ਰਿਪੋਰਟ ਮੁਤਾਬਕ ਜ਼ਿਆਦਾ ਖੂਨ ਨਿਕਲਣ ਦੇ ਨਾਲ ਮੁਸੇਵਾਲਾ ਦੀ ਮੌਤ ਹੋ ਗਈ ਸੀ ਇਸ ਹਮਲੇ ਵਿੱਚ ਸੇ ਵਾਲਾ ਦੇ ਸਰੀਰ ਦੇ ਹੋਰ ਕਈ ਅੰਗ ਵੀ ਨੁਕਸਾਨੇ ਗਏ ਸਨ ਅਤੇ ਉਸ ਦੇ ਸਿਰ ਦੀ ਹੱਡੀ ਵਿੱਚੋਂ ਇੱਕ ਗੋਲੀ ਮਿਲੀ ਸੀ ਇਹ ਗੋਲੀਆਂ ਇਨ੍ਹਾਂ ਕਾਤਲਾ ਵੱਲੋਂ ਹੀ ਚਲਾਈਆਂ ਗਈਆਂ ਸਨ ਸਿੱਧੂ ਮੁਸੇਵਾਲਾ ਕਤਲकांड ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਹੋਣ ਤੋਂ ਬਾਅਦ ਚਾਰ ਸੂਬਿਆਂ ਦੀ ਪੁਲਿਸ ਇਨਾ ਦੇ ਪਿੱਛੇ ਪੈ ਗਈ ਹੈ ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਿਸ ਸ਼ਾਮਲ ਹੈ ਇਨਾ ਤੋਂ ਇਲਾਵਾ ਜਿਹੜਾ ਹੈ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਮੁਹਈਆ ਕਰਵਾਉਣ ਵਾਲੇ ਕਤਲ ਤੋਂ ਪਹਿਲਾਂ ਰੁਕਣ ਲਈ ਠਿਕਾਣਾ ਮੁਹਈਆ ਕਰਵਾਉਣ ਵਾਲੇ ਰੇਕੀ ਕਰਨ ਵਾਲਿਆਂ ਤੇ ਵੀ ਪੁਲਿਸ ਲਗਾਤਾਰ ਇਸ ਕੰਝਾ ਕਾਸ ਰਹੀ ਹੈ ਸਿੱਧੂ ਮੁਸੇਵਾਲਾ ਕਤਲकांड ਵਿੱਚ ਸੁਭਾਸ਼ ਬੋਂਦਾ ਸੰਤੋਸ਼ ਯਾਦਵ ਸੌਰਵ ਮਨਜੀਤ ਸਿੰਘ ਪ੍ਰਿਆ ਵਰਤ ਫੌਜੀ ਹਰਕਮਲ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ ਹੈ ਇਹਨਾਂ ਦੇ ਵਿੱਚੋਂ ਤਿੰਨ ਸ਼ਾਰਪ ਸ਼ੂਟਰ ਹਰਕਮਲ ਰੂਪਾ ਅਤੇ ਮਨਪ੍ਰੀਤ ਪੰਜਾਬ ਦੇ ਰਹਿਣ ਵਾਲੇ ਨੇ ਪੁਲਿਸ ਮੁਤਾਬਕ ਮੁਸੇਵਾਲਾ ਦੇ ਕਤਲ ਤੋਂ तीन दिन पहला यह सारे कोटकपुरा को हाईवे इकट्ठे हुए सन इस तो बाद यह बा रुके स इस बारे फिलहाल पुलिस जांच कर रही है इस पिछे दो लोगों की भूमिका भी सामने आई है सूत्रा मुताबक पुलिस ने दस शार्पश शूटर की सूची तैयार की है इन्होंने शिनाखत वाले अठ शार्प शूटर तो इलावा दो होर गैंगस्टर शामिल ने पर इन की पहचान गुप्त रख्या गया ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਇੱਕ ਕੇਕੜਾ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ ਹੈ ਕਿ ਇਸੇ ਸ਼ਖਸ ਨੇ ਸਿੱਧੂ ਮੁਸੇਵਾਲਾ ਦੀ ਜਿਹੜੀ ਹੈ ਰੇਕੀ ਕੀਤੀ ਸੀ ਸਿੱਧੂ ਦੇ ਕਤਲ ਤੋਂ 15 ਮਿੰਟ ਪਹਿਲਾਂ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਿੱਧੂ ਜਦੋਂ ਆਪਣੀ ਕਾ ਥਾਰ ਕਾਰ ਦੇ ਵਿੱਚ ਘਰੋਂ ਨਿਕਲਣ ਲੱਗਾ ਤਾਂ ਉਸ ਨੂੰ ਘਰ ਦੇ ਬਾਹਰ ਹੀ ਕੁਝ ਨੌਜਵਾਨ ਰੋਕ ਲੈਂਦੇ ਨੇ ਅਤੇ ਸੈਲਫੀਆਂ ਲੈਣ ਲੱਗਦੇ ਨੇ ਦੱਸਿਆ ਇਹ ਵਿਚਾਰਿਆ ਹੈ ਕਿ ਇਨ੍ਹਾਂ ਦੇ ਵਿੱਚ ਕੇਕੜਾ ਵੀ ਸੀ ਕੇਕੜਾ ਵਾਰਦਾਤ ਵਾਲੇ ਦੀ ਨ ਪੱਕ 45 ਮਿੰਟ ਤੱਕ ਸਿੱਧੂ ਮੁਸੇਵਾਲਾ ਦੇ ਘਰ ਰਿਹਾ ਬਕਾਇਦਾ ਉਸਨੇ ਉਥੇ ਚਾਹ ਪਾਣੀ ਵੀ ਪੀਤਾ ਅਤੇ ਸਿੱਧੂ ਨਾਲ ਸੈਲਫੀਆਂ ਵੀ ਲਈਆਂ ਕੇਕੜਾ ਨੇ ਹੀ ਕਾਤਲਾਂ ਨੂੰ ਦੱਸਿਆ ਕਿ ਮੁਸੇਵਾਲਾ ਥਾਰ ਜੀਪ ਵਿੱਚ ਜਾ ਰਿਹਾ ਹੈ ਉਹ ਗਨਮੈਨ ਅਤੇ ਬੁਲੇਟ ਪ੍ਰੂਫ ਫਰਨਚਰ ਵੀ ਨਹੀਂ ਲੈ ਕੇ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਜਿਸ ਕੇਕੜਾ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਫੈਨ ਬਣ ਕੇ ਸਿੱਧੂ ਦੇ ਘਰ ਆਇਆ ਸੀ ਉਸਨੇ ਹੀ ਸ਼ਾਰਪ ਸ਼ੂਟਰਾਂ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ ਇਸ ਦੀ ਬਕਾਇਦਾ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਕਿਹੜਾ ਨਾਮ ਦਾ ਸ਼ਖਸ ਵੀ ਦੱਸਿਆ ਜਾ ਰਿਹਾ ਹੈ ਸਿੱਧੂ ਦੀ ਹਵੇਲੀ ਵਿੱਚ ਲੱਗੇ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਮੁਸੇਵਾਲਾ ਕਤਲकांड ਦੇ ਸਾਰੇ 4 ਸ਼ਾਰਪ ਸ਼ੂਟਰ ਬੇਨਕਾਬ ਹੋ ਗਏ ਨੇ ਪੰਜਾਬ ਪੁਲਿਸ ਨੇ ਇਨ੍ਹਾਂ ਕਾਤਲਾਂ ਦੀ ਪਛਾਣ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਤਲਾਂ ਦੇ ਵਿੱਚ ਤਿੰਨ ਪੰਜਾਬ, ਦੋ ਹਰਿਆਣਾ ਦੋ ਮਹਾਰਾਸ਼ਟਰ ਦੇ ਨੇ ਇਨ੍ਹਾਂ ਸਾਰੇ ਸ਼ੂਟਰਾਂ ਦਾ ਕਨੈਕਸ਼ਨ ਲਾਰੈਂਸ ਬਿਸ਼ਨੋਈ ਨਾਲ ਦੱਸਿਆ ਜਾ ਰਿਹਾ ਹੈ ਸ਼ੂਟਰਾਂ ਦੀ ਪਛਾਣ ਹੋਣ ਤੋਂ ਬਾਅਦ ਚਾਰ ਸੂਬਿਆਂ ਦੀ ਪੁਲਿਸ ਇਹਨਾਂ ਦੇ ਪਿੱਛੇ ਪੈ ਗਈ ਹੈ ਇਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਅਤੇ ਦਿੱਲੀ ਪੁਲਿਸ ਸ਼ਾਮਲ ਹੈ ਇਹਨਾਂ ਤੋਂ ਇਲਾਵਾ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਮੁਹਈਆ ਕਰਵਾਉਣ ਵਾਲੇ ਕਾਤਲ ਤੋਂ ਪਹਿਲਾਂ ਰੁਕਣ ਵਾਲੇ ਲੈ ਟਿਕਾਣਾ ਮੁਹਈਆ ਕਰਵਾਉਣ ਵਾਲੇ ਰੇਕੀ ਕਰਨ ਵਾਲਿਆਂ ਤੇ ਜਿਹੜਾ ਹੈ ਪੁਲਿਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸੁਭਾਸ਼ ਬੋਂਦਾ ਸੰਤੋਸ਼ ਯਾਦਵ ਸੌਰਵ ਮਨਜੀਤ ਸਿੰਘ ਪ੍ਰਿਆ ਵਰਤਵਾਜ ਹਰਕਮਲ ਜਗਰੂਪ ਸਿੰਘ ਰੂਪਾਤੇ ਮਨਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ ਇਹਨਾਂ ਦੇ ਵਿੱਚੋਂ ਤਿੰਨ ਹਾਰਪ ਸ਼ੂਟਰ ਹਰਕਮਲ ਰੂਪਾਤੇ ਮਨਪ੍ਰੀਤ ਪੰਜਾਬ ਦੇ ਰਹਿਣ ਵਾਲੇ ਨੇ ਪੁਲਿਸ ਮੁਤਾਬਕ ਮੁਸੇਵਾਲਾ ਦੇ ਕਤਲ ਤੋਂ 3 ਦਿਨ ਪਹਿਲਾਂ ਇਹ ਸਾਰੇ ਕੋਟਕਪੂਰਾ ਹਾਈਵੇ ਤੇ ਇਕੱਠੇ ਹੋਏ ਸਨ ਇਸ ਤੋਂ ਬਾਅਦ ਇਹ ਕਿਥੇ ਰੁਕੇ ਇਸ ਬਾਰੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇਸ ਪਿਛੋ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਪੰਜਾਬ ਪੁਲਿਸ ਨੇ 10 ਸ਼ਾਰਪ ਸ਼ੂਟਰਾਂ ਦੀ ਸੂਚੀ ਤਿਆਰ ਕੀਤੀ ਹੈ ਇਹਨਾਂ ਦੇ ਵਿਸ਼ੁਨਾਖਤ ਵਾਲੇ 8 ਸ਼ਾਰਪ ਸ਼ੂਟਰਾਂ ਤੋਂ ਇਲਾਵਾ ਦੋ ਹੋਰ ਗੈਂਗਸਟਰ ਸ਼ਾਮਲ ਨੇ ਪਰ ਇਹਨਾਂ ਦੀ ਪਛਾਣ ਹਲੇ ਗੁਪਤ ਰੱਖੀ ਗਈ ਹੈ ਸਵਰਗਵਾਸੀ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਕਤਲकांड ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ਤੇ ਪੁਸ਼ਕਿਸ਼ ਦੇ ਲਈ ਲਿਆਂਦੇ ਫਿਰੋਜ਼ਪੁਰ ਜੇਲ੍ਹ ਤੋਂ ਮਨਪ੍ਰੀਤ ਮੰਨਾ ਬਠਿੰਡਾ ਜੇਲ੍ਹ ਤੋਂ ਸਰਾਜ ਸੰਧੂ ਅਤੇ ਉੱਤਰਾਖੰਡ ਦੇ ਦੇਰਾਦੂੰ ਤੋਂ ਗ੍ਰਿਫਤਾਰ ਕੀਤੇ ਮਨਪ੍ਰੀਤ ਸਿੰਘ ਪਾਉ ਉਰਫ ਮੰਨਾ ਨੂੰ ਮੌੜ ਮਾਨਯੋਗ ਅਦਾਲਤ ਮਾਨਸਾ ਵਿੱਚ ਪੇਸ਼ ਕਰਕੇ 3 ਦਿਨ ਦਾ ਹੋਰ ਪ੍ਰਿਮਾਨਡ ਹਾਸਲ ਕਰ ਲਿਆ ਇਸ ਤੋਂ ਪਹਿਲਾਂ ਵੀ ਇਹ ਵਿਅਕਤੀ 3 ਦਿਨਾਂ ਦੇ ਪੁਲਿਸ ਡਿਮਾਂਡ ਤੇ ਚੱਲ ਰਹੇ ਸਨ ਜਿਨ੍ਹਾਂ ਤੋਂ ਪੁਲਿਸ ਦੇ ਵੱਲੋਂ ਬੜੀ ਹੀ ਬਾਰੀਕੀ ਦੇ ਨਾਲ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕਤਲ ਕਾਰਨ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲ ਸਕਦੀ ਹੈ ਐਸਐਸਪੀ ਮਾਨਸਾ ਗੌਰਵ ਤੋਰਾ ਦਾ ਕਹਿਣਾ ਹੈ ਕਿ ਹੁਣ ਮਾਨਸਾ ਪੁਲਿਸ ਨੂੰ ਅਸਲ ਕਾਤਲਾਂ ਤੱਕ ਪਹੁੰਚਣ ਦੇ ਲਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਪਣ ਗਈ ਹੈ ਇਸ ਜਾਂਚ ਮੁਕੰਮਲ ਹੋਣ ਤੇ ਇਸ ਕਤਲ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਜਲਦ ਖੁਲਾਸਾ ਕੀਤਾ ਜਾਵੇਗਾ ਗੈਂਗਸਟਰ ਲਾਂਚ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸਥਿਤ ਹਥਿਆਰਾਂ ਦੇ ਜਿਹੜੇ ਸਪਲਾਇਰ ਨੇ ਲੁਕਣ ਅਤੇ ਨਾਵਾਂ ਬਾਰੇ ਖੁਲਾਸਾ ਕੀਤਾ ਇਹ ਪੰਜਾਬ ਹਰਿਆਣਾ ਉੱਤਰਾਖੰਡ ਅਤੇ ਰਾਜਸਥਾਨ ਦੇ ਵਿੱਚ ਸਥਿਤ ਨੇ ਪੁਲਿਸ ਨੇ ਸ਼ੱਕਾਇਆ ਕਿ ਇਹ ਸਪਲਾਇਰ ਉਹ ਹੋ ਸਕਦੇ ਨੇ ਜਿਨ੍ਹਾਂ ਨੇ ਸਿੱਧੂ ਮਸੇਵਾਲਾ ਦੇ ਕਾਤਲ ਦੀ ਮਦਦ ਕੀਤੀ ਹੈ ਇੱਕ ਦਾ ਮੁਖੀ ਰਣਜੀਤ ਫਰੀਦਕੋਟ ਦਾ ਰਹਿਣ ਵਾਲਾ ਦੂਸਰਾ ਵਿੱਚ ਹਰਿਆਣਾ ਰਾਜਸਥਾਨ ਬਾਰਡਰ ਦਾ ਰਹਿਣ ਵਾਲਾ ਅਤੇ ਇੱਕ ਹੋਰ ਰਾਕਾ ਹੈ ਇੱਥੇ ਰਿਪੋਰਟ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸੂਤਰਾਂ ਨੇ ਦੱਸਿਆ ਕਿ ਪੁਸ਼ਕਿਸ਼ ਦੌਰਾਨ ਲਾਰਜ ਬਿਸ਼ਨੋਈ ਨੇ ਕਿਹਾ ਕਿ ਇਹ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜਸੀ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਖਤਮ ਕਰਨ ਦੇ ਸਾਜਿਸ਼ ਰਚੀ ਹੈ ਅਤੇ ਇਹ ਕਤਲ ਗੈਂਗਵਾਰ ਦਾ ਨਤੀਜਾ ਸੀ ਸਪੈਸ਼ਲ ਸੈਲ ਨੇ ਹਾਲ ਹੀ ਵਿੱਚ ਬਰਾੜ ਤੇ ਇੱਕ ਸਹਿਯੋਗੀ ਗੈਂਗਸਟਰ ਲਾਰਜ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕੇਸ ਦੇ ਵਿੱਚ ਪੁਸ਼ਕਿਸ਼ ਦੌਰਾਨ ਇਥੇ ਹਿਰਾਸਤ ਦੇ ਵਿੱਚ ਲਿਆ ਸੀ ਖਬਰ ਮੁਤਾਬਕ ਬਿਸ਼ਨੋਈ ਨੇ ਵੀ ਮੂਸੇਵਾਲਾ ਦੇ ਕਤਲ ਪਿੱਛੇ ਬਰਾੜ ਦਾ ਨਾਂ ਲਿਆ ਹੈ ਬਿਸ਼ਨੋਈ ਨੇ ਪੁਸ਼ਕਿਸ਼ ਕਰਨ ਵਾਲਿਆਂ ਨੂੰ ਦੱਸਿਆ ਕਿ ਮੁਸੇਵਾਲਾ ਉਹਨਾਂ ਦੇ ਗੈਂਗ ਖਿਲਾਫ ਸਾਜ਼ਿਸ਼ ਰਚਣ ਵਿੱਚ ਸ਼ਾਮਲ ਸੀ ਅਤੇ ਇਸ ਲਈ ਉਹ ਉਸਨੂੰ ਮਾਰਨਾ ਚਾਹੁੰਦੇ ਸਨ ਐਤਵਾਰ ਨੂੰ ਬਿਸ਼ਨੋਏ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ 5 ਦਿਨ ਹੋਰ ਪੁਲਿਸ ਰਿਮਾਂਡ ਤੇ ਭੇਜ دیا ਗਿਆ ਬਿਸ਼ਨੋਏ ਦੇ ਵਕੀਲ ਐਡਵੋਕੇਟ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਆਪਣੀ ਰਿਮਾਂਡ ਅਰਜੀ ਵਿੱਚ ਸਿੱਧੂ ਮੁਸੇਵਾਲਾ ਕੇਸ ਦਾ ਜ਼ਿਕਰ ਕੀਤਾ ਨਹੀਂ ਕੀਤਾ ਗਿਆ ਸੀ ਪਰ ਉਸਨੂੰ 5 ਦਿਨ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਰਿਪੋਰਟ ਵਿੱਚ ਦਾਵਾ ਇਹ ਵੀ ਕੀਤਾ ਗਿਆ ਹੈ ਕਿ ਜਾਂਚ ਦੌਰਾਨ ਜੁਨਾ ਹਥਿਆਰਾਂ ਇਸ ਸਪਲਾਇਰਾਂ ਨੇ ਦੇ ਨਾਂ ਸਾਹਮਣੇ ਆਏ ਨੇ ਇਹ ਮੂਸੇਵਾਲਾ ਦੇ ਕਤਲ ਨੂੰ ਹਥਿਆਰ ਸਪਲਾਈ ਕਰਨ ਵਾਲੇ ਹੋ ਸਕਦੇ ਨੇ ਰਿਪੋਰਟ ਮੁਤਾਬਕ ਇੱਕ ਸੂਤਰ ਨੇ ਦੱਸਿਆ ਕਿ ਜਤਿੰਦਰ ਗੋਗੀ ਗੈਂਗ ਦੇ ਜਿਹੜੇ ਮੁਕੇਸ਼ ਉਰਫ ਪੁਨਿਤ ਅਤੇ ਓਮ ਉਰਫ ਸ਼ਕਤੀ ਅਤੇ ਹਰਵਿੰਦਰ ਅਪਰੈਲ ਵਿੱਚ ਸਾਡੇ ਦੁਆਰਾ ਫੜੇ ਗਏ ਸਨ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਰਾਕਾ ਉਹਨਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਪੁਲਿਸ ਨੇ ਰੋਹਿਤ ਉਰਫ ਮੋਇਨ ਨੂੰ ਗ੍ਰਫਤਾਰ ਕਰਕੇ ਪੁਸ਼ਗਿਸ਼ ਕੀਤੀ ਜਿਸ ਤੋਂ ਬਾਅਦ ਉਹ ਟੁੱਟ ਗਿਆ ਅਤੇ ਖੁਲਾਸਾ ਕੀਤਾ ਕਿ ਉਸਨੇ ਹੀ ਗਿਰੋ ਦੇ ਹੋਰ ਪ੍ਰਮੁੱਖ ਧੜੇ ਨਾਲ ਮਿਲ ਕੇ ਲਾਰੈਂਸ ਬਿਸ਼ਨੋਏ ਤੋਂ ਹਥਿਆਰ ਲੈ ਕੇ ਰਾਕਾ ਰਾਹੀ ਮੁਕੇਸ਼ ਸ਼ਕਤੀ ਅਤੇ ਹਰਵਿੰਦਰ ਨੂੰ ਹਥਿਆਰ ਮੋਹਿਆ ਕਰਵਾਏ ਸਨ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਸ਼ਨੋਈ ਹਥਿਆਰਾਂ ਦੇ ਅਸਲ ਸਰੋਤ ਨੂੰ ਜਾਣਦਾ ਹੈ ਵਿਸ਼ਨੋਈ ਨੂੰ ਪਤਾ ਹੈ ਕਿ ਦਿੱਲੀ ਹਰਿਆਣਾ ਯੂਪੀ ਅਤੇ ਉੱਤਰਾਖੰਡ ਦੇ ਖੇਤਰਾਂ ਵਿੱਚ ਰਾਕਾ ਦਾ ਟਿਕਾਣਾ ਹੈ ਅਧਿਕਾਰੀ ਨੇ ਅੱਗੇ ਇਹ ਵੀ ਦੱਸਿਆ ਕਿ ਫਿਰ ਅਸੀਂ ਵਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਜੋ ਪਹਿਲਾਂ ਹੀ ਤਿਹਾਰ ਜੇਲ੍ਹ ਵਿੱਚ ਇੱਕ ਹੋਰ ਕੇਸ ਵਿੱਚ ਹੈ ਵਿਸ਼ਨੋਈ ਨੇ ਮੁਲਜ਼ਮ ਰੋਹਿਤ ਵੱਲੋਂ ਦਿੱਤੇ ਖੁਲਾਸੇ ਬਿਆਨ ਦੀ ਜਿਹੜੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਉਸਨੇ ਫਰੀਦਕੋਟ ਦੇ ਰਹਿਣ ਵਾਲੇ ਰਣਜੀਤ ਅਤੇ ਹਰਿਆਣਾ ਰਾਜਸਥਾਨ ਬਾਰਡਰ ਤੇ ਰਹਿਣ ਵਾਲੇ ਵਿਜੀ ਦੁਆਰਾ ਹਥਿਆਰਾਂ ਦੀ ਜਿਹੜੀ ਸਪਲਾਈ ਕੀਤੀ ਪੁਲਿਸ ਸਟਾਫ ਨੂੰ ਸ਼ਹਿਰ ਮੁਲਜ਼ਿਮਾਦੀ ਪਾਲ ਦੇ ਲਈ ਪੰਜਾਬ ਰਾਜਸਥਾਨ ਉੱਤਰਾਖੰਡ ਦੇ ਕਈ ਸਥਾਨਾਂ ਤੇ ਭੇਜਿਆ ਗਿਆ ਹੈ ਵਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੌਕੀ ਵਿਜੇ ਰਾਜਸਥਾਨ ਦੇ ਜੋਧਪੁਰ ਤੋਂ ਹਥਿਆਰ ਅਤੇ ਗੋਲਾ ਬਾਰੂਤ ਲਿਆਉਂਦਾ ਹੈ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਦਿਨੀ ਅਚਾਨਕ ਤਾਸ਼ਪੁਰ ਰੋਡ ਸਥਿਤ ਸੈਂਟਰਲ ਜੇਲ੍ਹ ਦਾ ਨਿਰੀਖਣ ਕਰਨ ਪਹੁੰਚੇ ਇਸ ਦੌਰਾਨ ਗੱਲ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਜੁੜਾ ਹੈ ਜੇਲ੍ਹਾਂ ਨੂੰ ਸੁਧਾਰ ਕਰ ਬਣਾਉਣ ਦੇ ਲਈ ਕੋਈ ਠੋਸ ਕਦਮ ਨਹੀਂ ਚੁਕੇ ਹੁਣਾਂ ਕਿਹਾ ਕਿ ਜੇਲ੍ਹਾਂ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੰਕਲਪ ਲਿਆ ਹੈ ਕਿ ਜੇਲ੍ਹਾਂ ਨੂੰ ਗੈਂਗਸਟਰਾਂ ਦਾ ਸੁਰੱਖਿਅਤ ਕਰ ਨਹੀਂ ਬਣਨ ਦਿੱਤਾ ਜਾਵੇਗਾ ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਈਲ ਸੰਬੰਧ ਦੀ ਗਤੀਵਿਧੀਆਂ ਤੇ ਰੋਕ ਲਗਾਉਣ ਦੇ ਲਈ ਹਰ ਜੇਲ੍ਹ ਦੇ ਵਿੱਚ ਜੈਮਰ ਲਗਾਏ ਜਾਣਗੇ ਅਤੇ ਕੁਝ ਜੇਲਾਂ ਵਿੱਚ ਖਰਾਬ ਹੋਏ ਜੈਮਰਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਉੱਚ ਤਕਨੀਕ ਵਾਲੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਜੇਲਾ ਵਿੱਚ ਮੋਬਾਈਲ ਕਿਵੇਂ ਆਉਂਦੇ ਨੇ ਇਸ ਸਵਾਲ ਤੇ ਜਵਾਬ ਵਿੱਚ ਉਹਨਾਂ ਸਪਸ਼ਟ ਕੀਤਾ ਕਿ ਜੇਲ੍ਹ ਦੀਵਾਰ ਦੇ ਬਾਹਰੀ ਰਸਤੇੋਂ ਮੋਬਾਈਲ ਅੰਦਰ ਸੁੱਟੇ ਜਾਂਦੇ ਨੇ ਇਸ ਨੂੰ ਰੋਕਣ ਅਤੇ ਜੇਲਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਤੇ ਜਿਨ੍ਹਾਂ ਦੇ ਨਾਂ ਤੇ SIM ਨੇ ਉਨਾ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਸਮੇਤ ਸੂਬੇ ਦੀਆਂ ਕਈ ਜੇਲਾਂ ਨੂੰ ਹਾਈ ਸਕਿਉਰਿਟੀ ਅਲਰਟ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਇਸੇ ਗਮ ਮੌਕੇ ਜਿਹੜਾ ਹੈ ਪੁਲਿਸ ਕਮਿਸ਼ਨਰ ਡਾਕਟਰ ਕੋਸ਼ਤੂਬ ਸ਼ਰਮਾ ਜੁਆਇੰਟ ਸੀਪੀ ਰਵ ਚਰਨ ਸਿੰਘ ਬਰਾੜ ਜੇਲ੍ਹ ਸੁਪਰੀਟੈਂਡੈਂਟ ਸਮੀਤ ਹੋਰ ਅਧਿਕਾਰੀ ਹਾਜ਼ਰ ਸਨ ਜੇਲ੍ਹ ਮੰਤਰੀ ਨੇ ਡਿਊਟੀ ਵਿੱਚ ਲੱਗੇ ਐਕਸ-ਰੇ ਬੈਗਿੰਗ ਮਸ਼ੀਨ ਦੀ ਵੀ ਚਾਰਜ ਕੀਤੀ ਹੈ ਇਸ ਮਸ਼ੀਨ ਦੇ ਨਾਲ ਕੈਦੀ ਹਵਾਲਾਤੀਆ ਵੱਲੋਂ ਬੈਗ ਵਿੱਚ ਲਿਜਾਣ ਵਾਲਾ ਸਮਾਨ ਜਿਹੜਾ ਚੈੱਕ ਹੁੰਦਾ ਹੈ ਉਹਨਾਂ ਨੇ ਜੇਲ੍ਹ ਦੇ ਅੰਦਰ ਇੱਕ ਹਾਈ ਸਕਿਉਰਿਟੀ ਜ਼ੋਨ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਸਾਇਜ਼ ਆ ਲਿਆ ਜਿੱਥੇ ਇਹ ਕੈਟਾਗਰੀ ਦੇ ਕੈਦੀ ਨੇ ਕਾਂਗਰਸ ਦੇ ਸਾਫਾ ਪ੍ਰਧਾਨ ਰਾਹੁਲ ਗਾਂਧੀ ਇਥੇ ਮੰਗਲਵਾਰ ਨੂੰ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕਦੇ ਨੇ ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਇਥੇ ਜਾਣਕਾਰੀ ਸਾਂਝੀ ਕੀਤੀ ਹੈ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਮਾਨਸਾ ਜਾ ਕੇ ਮੁਸੇਵਾਲਾ ਦੇ ਪਰਿਵਾਰ ਨੂੰ ਮਿਲ ਸਕਦੇ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੀ ਪਿਛਲੇ ਦਿਨੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਸੂਬਾ ਸਰਕਾਰ ਦੇ ਵੱਲੋਂ ਮੁਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਦੱਸ ਦਈਏ ਕਿ ਕਾਂਗਰਸ ਆਗੂ ਸਿੱਧੂ ਮੁਸੇਵਾਲਾ ਦੇ ਪਰਿਵਾਰ ਦੇ ਨਾਲ ਇਹ ਮੁਲਾਕਾਤ ਕੱਲ 12 ਵਜੇ ਦੇ ਕਰੀਬ ਹੋ ਸਕਦੀ ਹੈ ਸਿੱਤੂ ਮਸੇਵਾਲਾ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਮਾਨਸਾ ਤੋਂ ਕਾਂਗਰਸੀ ਟਿਕਟ ਤੇ ਵਿਧਾਨ ਸਭਾ ਚੋਣ ਵੀ ਲੜੀ ਸੀ ਮਸੇਵਾਲਾ ਦੇ ਕਤਲ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂ ਅਤੇ ਕਲਾਕਾਰ ਲਗਾਤਾਰ ਹੀ ਉਸ ਦੇ ਘਰ ਸੋਗ ਮਨਾਉਣ ਲਈ ਪਹੁੰਚ ਰਹੇ ਨੇ ਸਾਕਾਨੇਲਾ ਤਾਰਾ ਦੀ ਵਰਸੀ ਮੌਕੇ ਸ਼੍ਰੀਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਫਿਰ ਮਾਡਰਨ ਹਥਿਆਰਾਂ ਦੀ ਗੱਲ ਦੁਹਰਾਈ ਹੈ ਸ਼੍ਰੀਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਗਤਕਾ ਅਕੈਡਮੀਆ ਦੇ ਨਾਲ-ਨਾਲ ਸ਼ੂਟਿੰਗ ਰੇਂਜ ਸਥਾਪਿਤ ਕੀਤੀਆਂ ਜਾਣ ਇਹ ਟ੍ਰੇਨਿੰਗ ਲੋਕ ਛਿਪਕੇ ਨਹੀਂ ਖੁੱਲੇ ਆਮ ਦੇਵਾਂਗੇ ਉਧਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਦਾਵਾਲ ਨੇ ਇਸ ਉੱਤੇ ਸਵਾਲ ਚੁੱਕੇ ਉਹਨਾਂ ਨੇ ਇਸ ਸੰਬੰਧੀ ਟਵੀਟ ਕੀਤਾ ਤੇ ਲਿਖਿਆ ਕਿ ਜਦੋਂ ਤੋਂ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਹੋ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ ਨੇ ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ ਅਤੇ ਉਹਨਾਂ ਨੇ ਕਿਹੜੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਕੀਤਾ ਅਤੇ ਕਿੰਨਿਆਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਕਿੰਨਿਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਪਾਨ ਕੀਤਾ ਇਹਨਾਂ ਸਭ ਬਾਰੇ ਦੱਸਿਆ ਜਾਵੇ ਕਿਉਂਕਿ ਆਪ ਜੀ ਦਾ ਕੰਮ ਹੈ ਗੁਰੂ ਦਾਸ ਸਿੱਖ ਬਣਾਉਣਾ ਤੇ ਜਦੋਂ ਗੁਰੂ ਦਾ ਸਿੱਖ ਬਣ ਗਿਆ ਤੇ ਸਿੱਖ ਜਿਹੜਾ ਹੈ ਉਹ ਆਪਣੀ ਰੱਖਿਆ ਆਪ ਕਰ ਸਕਦਾ ਹੈ ਕਿਉਂਕਿ ਜੇ ਗੁਰੂ ਸਾਹਿਬ ਨੇ ਸਿੰਘ ਸ਼ਬਦ ਲਗਾਇਆ ਹੈ ਤਾਂ ਸਿੰਘ ਦਾ ਮਤਲਬ ਹੈ ਸ਼ੇਰ ਤੇ ਸ਼ੇਰ ਨੂੰ ਕਿਸੇ ট্রেনিং ਦੀ ਲੋੜ ਨਹੀਂ ਦੱਸੇ ਕਿ ਜੂਨ 1984 ਕੱਲੋਕਾਰਾ ਦਿਹਾੜਾ ਅੱਜ ਇਥੇ ਸ਼੍ਰੀ ਕਾਲ ਤਖਤ ਵਿੱਚ ਸ਼ਹੀਦ ਨਮਿਤ ਸ਼੍ਰੀ ਕੰਡ ਪਾਠ ਸਾਜ ਦੇ ਉਪੋਗ ਪਾ ਕੇ ਮਨਾਇਆ ਗਿਆ ਇਸ ਮੌਕੇ ਕੌਮ ਦੇ ਨਾਮ ਦੇ ਸੰਦੇਸ਼ ਵਿੱਚ ਸ਼੍ਰੀ ਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਰਾਸੀ ਅਤੇ ਆਰਥਿਕ ਪੱਧਰ ਤੇ ਕਮਜ਼ੋਰ ਕਰਨ ਦੀਆਂ ਜਿਹੜੀਆਂ ਨੀਤੀਆਂ ਬਣਾਈਆਂ ਗਈਆਂ ਨੇ ਜਿਸ ਦਾ ਸੀਟਾ ਜੂਨ 84 ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਅਤੇ ਸੈਂਤੀ ਹੋਰ ਗੁਰਦੁਆਰਿਆਂ ਦੇ ਕੀਤਾ ਗਿਆ ਫੌਜੀ ਹਮਲਾ ਉਹਨਾਂ ਦੋਸ਼ ਲਗਾਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਅਤੇ ਦਬਾਉਣ ਦੀਆਂ ਨੀਤੀਆਂ ਬਣਾਈ ਗਈਆਂ ਨੇ ਜੋ ਅੱਜ ਵੀ ਕੌਮ ਦੇ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜੀਆਂ ਨੇ ਉਹਨਾਂ ਅਜਮੁੱਡ ਦੁਹਰਾਇਆ ਹੈ ਕਿ ਗੁਰਦੁਆਰਿਆਂ ਵਿੱਚ ਗੱਤਕਾ ਅਖਾੜੇ ਸਥਾਪਿਤ ਕੀਤੇ ਜਾਣ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਜਾਵੇ ਅਤੇ ਆਧੁਨਿਕ ਹਥਿਆਰਾਂ ਦੀ ਵੀ ਸਿਖਲਾਈ ਦਿੱਤੀ ਜਾਵੇ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਿਸ ਦਾ ਮੁੱਦਾ ਕਾਫੀ ਗਰਮ ਚੱਲ ਰਿਹਾ ਹੈ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਤਿੱਖੇ ਤੇਵਰ ਵਿਖਾਏ ਨੇ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੇ ਸ਼ੌਤਰੀ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ 30 ਸਾਲਾਂ ਦੇ ਅੰਦਰ ਪ੍ਰਧਾਨ ਵਜੋਂ ਆਪਣਾ ਕੰਮ ਪੱਕਾ ਕਰਕੇ ਵਿਖਾਉਣਗੇ ਉਨਾ ਚਤਾਨੀ ਪਰੇ ਲੈਜੇ ਵਿੱਚ ਕਿਹਾ ਕਿ ਜੇਕਰ ਇਹ ਉਸ ਨੂੰ ਬੜਖਣਾਉਣਗੇ ਤਾਂ ਲੋਕ ਇਹਨਾਂ ਨੂੰ ਫੈਂਟਣਗੇ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ 4 ਵਟਿਆਗੋ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਜਿਸ ਕਾਰਨ ਕਾਂਗਰਸ ਦੀ ਹਾਲਤ ਪਤਲੀ ਹੋ ਗਈ ਹੈ ਪੰਜਾਬ ਵਿਧਾਨ ਸਭਾ 2022 ਚੋਣਾਂ ਤੋਂ ਬਾਅਦ ਹੈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹਨ ਉਪਰੰਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਨੇ ਪ੍ਰਧਾਨ ਨਿਯੁਕਤ ਕੀਤਾ ਹੈ ਹੁਸ਼ਿਆਰਪੁਰ ਦੇ ਚੌਰਾਜਾ ਵੜਿੰਗ ਨੇ ਹਰੀਸ਼ ਚੌத்ਰੀ ਨੂੰ ਕਿਹਾ ਸੀ ਕਿ ਉਹਨਾਂ ਦੀ ਨਿਯੁਕਤੀ ਪੰਜ ਸਾਲਾਂ ਲਈ ਪਾਰਟੀ ਨੇ ਕੀਤੀ ਹੈ ਪਰੰਤੂ ਚਰਚਾ ਹੈ ਕਿ 2 ਸਾਲਾਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਉਹ ਆਉਣ ਵਾਲੇ 2-3 ਸਾਲਾਂ ਦੇ ਵਿੱਚ ਹੀ ਅਜਿਹਾ ਪੱਕਾ ਕੰਮ ਕਰ ਦੇਣਗੇ ਕਿ ਜੇਕਰ ਉਹਨਾਂ ਨੂੰ ਬਦਲਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਲੋਕ ਹਾਈ ਕਮਾਂਡ ਨੂੰ ਸਵਾਲ ਕਰਨਗੇ ਕਿ ਕਿਉਂ ਬਦਲਿਆ ਜਾ ਰਿਹਾ ਹੈ ਅਜੇ ਵੀ ਚੌਰਾਜਾ ਵੜਿੰਗ ਇਹ ਸੰਦੇਸ਼ ਧਾਂ ਦੇ ਹੀ ਰਹੇ ਨੇ ਉਹਨਾਂ ਨੂੰ ਨਾ ਬਦਲਿਆ ਜਾਵੇ ਉਦੋਂ ਦੂਸਰੇ ਪਾਸੇ ਜਿਹੜਾ ਹੈ ਇਹ ਵੀ ਕਹਿ ਰਹੇ ਨੇ ਕਿ ਉਹ ਅਜਿਹਾ ਪੱਕਾ ਕੰਮ ਕਰਨਗੇ ਕਿ ਜੇਕਰ ਉਨ੍ਹਾਂ ਨੂੰ ਬਦਲਿਆ ਗਿਆ ਤਾਂ ਇਹ ਵਰਕਰ ਉਨ੍ਹਾਂ ਨੂੰ ਵੀ ਨਹੀਂ ਬਖਸ਼ਣਗੇ ਰਾਸ਼ਪੁਰਾ ਨੇੜਲੇ ਰੇਲਵੇ ਸਟੇਸ਼ਨ ਸਰਾਈ ਬੰਜਾਰਾ ਤੋਂ ਨਾਬਾ ਪਾਵਰ ਥਰਮਲ ਪਲਾਂਟ ਤੱਕ ਵਿਛਾਈ ਨੀਜੀ ਰੇਲ ਲਾਈਨ ਤੇ ਪੀਤੀ ਦੇ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 1200 ਤੋਂ ਵੱਧ ਲਾਈਨ ਨੂੰ ਪਟੜੀ ਨਾਲ ਬੰਨਣ ਵਾਲੇ ਕਲਿੱਪ ਤੋੜ ਦਿੱਤੇ ਗਏ ਸਨ ਇਸ ਮਾਮਲੇ ਸਬੰਧੀ ਜਿਹੜਾ ਹੈ ਥਾਣਾ ਸਦਰ ਪੁਲਿਸ ਨੇ ਥਰਮਲ ਪਲਾਂਟ ਤੇ ਕਾਰਪੋਰੇਟ ਕਮਿਊਨੀਕੇਸ਼ਨ ਅਫਸਰ ਮੁਨੀਸ਼ ਸਰ ਹਿੰਦੀ ਦੀ ਜਿਹੜੀ ਹੈ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਲਿੱਪ ਚੋਰੀ ਦਾ ਮਾਮਲਾ ਦਰਜ ਕੀਤਾ ਤੇ ਅੱਗੇ ਦੀ ਕਾਰਵਾਈ ਕਰਨੀ ਸ਼ੁਰੂ ਕੀਤੀ SFJ ਵੱਲੋਂ 6 ਜੂਨ ਕੱਲੂਕਾਰਾ ਦਿਵਸ ਸੰਬੰਧੀ ਜਿਹੜੀ ਹੈ ਰੇਲ ਰੋਕੋ ਜਾਨ ਦੀ ਕਾਲ ਕੀਤੀ ਗਈ ਸੀ ਇਸ ਸੰਬੰਦੇ 6 ਫਾਰ ਜਸਟਿਸ ਦੇ ਜਰਨਲ ਕਾਉਂਸਲ ਗੁਰਪਤਮਨ ਸਿੰਘ ਪਨੂ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਰਾਜਪੁਰਾ ਰੇਲਵੇ ਲਾਈਨ ਦੇ ਕਲੀਪ ਤੋੜੇ ਜਾਣ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਭਾਰਤੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ 6 ਜੂਨ ਨੂੰ ਸ਼੍ਰੀ ਦਵਾਰ ਸਾਹਿਬ ਦੇ ਬਾਹਰ ਸਿੱਖਾਂ ਦੇ ਇਤਲਾਸ਼ ਲਈ ਗਈ ਤਾਂ ਉਸਦੇ ਅੰਜਾਮ ਬਹੁਤ ਹੀ ਵੱਡੇ ਨਿਕਲਣਗੇ SFJ ਵੱਲੋਂ ਜਾਰੀ ਵੀਡੀਓ ਨੇ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਅਤੇ ਖੁਫੀ ਏਜੰਸੀਆਂ ਦੀਆਂ ਚਿੰਤਾਵਾਂ ਬਦਾ ਕੇ ਰੱਖ ਦਿੱਤੀਆਂ ਨੇ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਅਮਨਦੀਪ ਨਾਲ ਜਦੋਂ ਸੋਸ਼ਲ ਮੀਡੀਆ ਤੇ ਗੁਰਪਰਤਨ ਸਿੰਘ ਪੰਨੂ ਦੇ ਵੱਲੋਂ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਾਉਣ ਦੀ ਲਈ ਜ਼ਿੰਮੇਵਾਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਜਾਂਚ ਦੌਰਾਨ ਕੋਈ ਗੱਲ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਫਿਲਹਾਲ ਥਰਮਲ ਪਲਾਂਟ ਪ੍ਰਬੰਧਕਾਂ ਦੇ ਅਧਿਕਾਰੀ ਦੀ ਸ਼ਿਕਾਇਤ ਅਣਪਛਾਤੇ ਚੋਰਾਂ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕੀਤਾ ਗਿਆ ਗੰਬਰ ਮੁਹੰਮਦ ਖਿਲਾਫ ਆਸ਼ਪਾਗੂ ਨੂੰਪੁਰ ਸ਼ਰਮਾ ਦੀ ਵਿਵਾਦੇ ਟਿੱਪਣੀ ਦਾ ਮੁੱਦਾ ਕਾਫੀ ਗਰਮ ਚੱਲ ਰਿਹਾ ਹੈ ਇਹ ਟਿੱਪਣੀ ਦਰਮਿਆਨ ਵਕਫ ਵਕ ਦੇਸ਼ਾਂ ਦੇ ਵੱਲੋਂ ਅਲੋਚਨਾ ਕੀਤੀ ਗਈ ਹੈ ਇਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੱਤਾ ਹੈ ਮੰਤਰਾਲੇ ਨੇ ਸਾਰਿਆਂ ਨੂੰ ਆਸਤਾ ਤੇ ਧਰਮਾਂ ਦਾ ਜਿਹੜਾ ਹੈ ਸਨਮਾਨ ਕਿਤੇ ਚਾਹਨ ਦੀ ਅਪੀਲ ਕੀਤੀ ਹੈ ਮੰਤਰਾਲੇ ਨੇ ਵਿਵਾਦਿਤ ਬਿਆਨ ਤੇ ਮੁ슬림 ਰਾਸ਼ਟਰਾਂ ਦੇ ਇੱਕ ਸਮੂਹ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਦੀ ਟਿੱਪਣੀ ਗੈਰਵਾਜਬ ਅਤੇ ਤੰਗ ਸੋਚ ਵਾਲੀ ਹੈ ਭਾਰਤ ਨੇ ਮੁ슬림 ਦੇਸ਼ਾਂ ਦੇ ਸੰਗਠਨ ਇਸਲਾਮਿਕ ਸਹਿਯੋਗ ਸੰਗਠਨ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਇੱਕ ਟਵੀਟ ਵਿੱਚ ਸੰਗਠਨ ਵੱਲੋਂ ਲਿਖਿਆ ਗਿਆ ਕਿ OIC ਦੇ ਜਰਨਲਸ ਗਤਰ ਨੇ ਪੈਗੰਬਰ ਮੁਹੰਮਦ ਪ੍ਰਤੀ ਪਾਰਾਦੇ ਸਤਾਤਾਰੀ ਦਲ ਦੇ ਇੱਕ ਆਗੂ ਦੇ ਵੱਲੋਂ ਦਿੱਤੇ ਗਏ ਵਿਵਾਦਿਤ ਾਂ ਦੀ ਸਖਤ ਲੋਸ਼ਣਾ ਕੀਤੀ ਹੈ ਉਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਮਿੰਦਮ ਬਾਗ ਜੀ ਨੇ OIC ਦੀ ਟਿੱਪਣੀ ਨੂੰ ਖਾਰਜ ਕਰ ਦਿੱਤਾ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਭਾਰ ਸਰਕਾਰ OICS ਕਤਰੀਤ ਵੱਲੋਂ ਕੀਤੀ ਗਈ ਸੋੜੀ ਸੋਚ ਵਾਲੀ ਟਿੱਪਣੀ ਨੂੰ ਖਾਰਜ ਕਰਦਾ ਹੈ ਭਾਰ ਸਰਕਾਰ ਸਾਰੇ ਤਰਮਾਦਾ ਸਰਵ ਉੱਚ ਸਨਮਾਨ ਦਿੰਦੀ ਹੈ ਦੱਸ ਦਈਏ ਕਿ ਪੈਗੰਬਰ ਮੁਹੰਮਦ ਦੀ ਵਿਵਾਦਿਤ ਟਿੱਪਣੀ ਲਈ ਜ਼ਿੰਮੇਵਾਰ ਦੋ ਨਿਤਾਵਾਂ ਨੂੰ ਪੁਰਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਖਿਲਾਫ ਸਖਤ ਕਾਰਵਾਈ ਕਰ ਚੁਕੇ ਨੇ ਪਾਸ਼ਵਨ ਇਹਨਾਂ ਦੋਹਾਂ ਹੀ ਨੇਤਾਵਾਂ ਨੂੰ ਅਤਵਾਦ ਨੂੰ ਪਾਰਟੀ ਵਿੱਚੋਂ ਐਤਵਾਦ ਨੂੰ ਜਿਹੜਾ ਹੈ ਇਹਨਾਂ ਨੂੰ ਪਾਰਟੀ ਵਿੱਚੋਂ ਮੌਤਲ ਕਰ ਦਿੱਤਾ ਦਿੱਲੀ ਦੇ ਸੇਤ ਮੰਦਿਰ ਸਤੇਂਦਰ ਜੈਨ ਦਾ ਮੁੱਦਾ ਕਾਫੀ ਗਰਮ ਚੱਲ ਰਿਹਾ ਜਿੱਥੇ ਕਿ ਸਤੇਂਦਰ ਜੈਨ ਦੀਆਂ ਜਿਹੜੀਆਂ ਮੁਸ਼ਕਲਾਂ ਇਕੱਠੋਂ ਦਾ ਨਾਮ ਨਹੀਂ ਲੈ ਰਹੀਆਂ ਨੇ ਇੱਥੇ ED ਨੇ منی ਲੌਂਡਰਿੰਗ ਨਾਲ ਜੁੜੇ ਮਾਮਲੇ ਵਿੱਚ ਜੈਨ ਨਾਲ ਜੁੜੇ ਕਈ ਠਿਕਾਣਿਆਂ ਤੇ ਸੋਮਵਾਰ ਯਾਨੀ ਕਿ ਅੱਜ ਛਾਪੇਮਾਰੀ ਕੀਤੀ ਹੈ ਦੱਸ ਦਈਏ ਕਿ ED ਨੇ 5 ਸਾਲ ਪੁਰਾਣੇ ਮਾਮਲੇ ਵਿੱਚ ਜੈਨ ਨੂੰ ਗ੍ਰਫਤਾਰ ਕੀਤਾ ਸੀ ਇਸ ਤੋਂ ਬਾਅਦ ਜੁੜਾ ਹੈ 9 ਜੂਨ ਤੱਕ ED ਦੀ ਗ੍ਰਾਸਟ ਦੇ ਵਿੱਚ ਭੇਜ ਦਿੱਤਾ ਗਿਆ ਜੈਨ ਦੀ ਅੱਜ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ੀ ਵੀ ਹੋਣੀ ਹੈ ਇਸ ਮਾਮਲੇ ਵਿੱਚ ਜੁੜੀ ਹੈ 24 ਅਗਸਤ 2017 ਨੂੰ ਮਾਮਲਾ ਦਰਜ ਹੋਇਆ ਸੀ ਦੱਸ ਦਈਏ ਕਿ ਜੁਇਨ ਨੇ ਲੋਕ ਸੇਵਕ ਰਹਿਂਦੇ ਹੋਏ ਹਵਾਲਾ ਜ਼ਰੀਏ 4.81 ਕਰੋੜ ਰੁਪਏ ਹਾਸਲ ਕੀਤੇ ਸਨ ਢੇਲੀ ਸਰਕਾਰ ਦੇ ਸਿਹਤ ਮੰਤਰੀ ਜੁਇਨ ਦੇ ਨਾਲ ਹੀ ਹਵਾਲਾ ਆਪਰੇਟਰ ਦੇ ਟਿਕਾਣਿਆਂ ਤੇ ਵੀ ਈਡੀ ਛਾਪੇਮਾਰੀ ਕਰ ਰਹੀ ਹੈ ਜਿਕਰੇ ਖਾਸ ਹੈ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੁਇਨ ਨੂੰ 30 ਮਈ ਨੂੰ ਗ੍ਰਫਤਾਰ ਕਰ ਲਿਆ ਸੀ ਗ੍ਰਫਤਾਰੀ ਮਗਰੋਂ ਜੁਇਨ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਈਟੀ ਵੱਲੋਂ ਜੁਇਨ ਨੂੰ ਹਿਰਾਸਤ ਵਿੱਚ ਲੈ ਕੇ ਪੁਸ਼ਕਿਸ਼ਵੀ ਕੀਤੀ ਜਾ ਰਹੀ ਹੈ ਈਡੀ ਨੇ ਅਧਿਕਾਰੀਆਂ ਨੂੰ ਦੱਸਿਆ 3 ਮਹੀਨوں ਕੋਚ ਕੰਟਿਆ ਦੀ ਪੁਛ ਗਿਸ਼ਤ ਤੋਂ ਬਾਅਦ ਜਿਹੜੀ ਹੈ ਜੈਨ ਨੂੰ ਮਨੀ ਲਾਂਡਰਿੰਗ ਐਕਟ ਦੀਆਂ ਜਿਹੜੀਆਂ ਧਾਰਾਵਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ। ਸੋ ਸਾਡੇ ਖਾਸ ਪ੍ਰੋਗਰਾਮ ਮੁੱਦਾ ਗਰਮ ਹੈ ਦੇ ਵਿੱਚ ਫਿਲਹਾਲ ਇੰਨਾ ਹੀ ਨਵੀਂ ਤਾਜ਼ਾ ਜਾਣਕਾਰੀ ਵੇਖਣ ਦੇ ਲਈ ਤੁਸੀਂ ਬਣੋ ਸੰਜੋਸ਼ ਟੀਵੀ ਦੇ ਨਾਲ ਤੇ ਹੁਣ ਮੈਂ ਦਿਵਾਕਿਆ ਧੰਨਵਾਦ।